ਬਲਵੰਤ ਗਰਗੀ ਦਾ ਰੇਖਾ ਚੱਤਰ ਸੰਤ ਸਿੰਘ ਸੇਖੋਂ ਬਾਰੇ ਕਾਲਜ ਦਾ ਵਾਈਸ ਚਾਂਸਲਰ ਸੰਤ ਸਿੰਘ ਸੇਖੋਂ ਬੋਲਿਆ ਮੈਂ ਆਪਣੇ ਨਿੱਕੇ ਜਿਹੇ ਕਾਲਜ ਦਾ ਵਾਈਸ ਚਾਂਸਲਰ ਹਾਂ ਬਾਦਸ਼ਾਹਾਂ 800 ਮੁੰਡੇ ਕੁੜੀਆਂ 78 ਕਲਰਕ ਮਾਲੀ ਅਸਲੀ ਵਾਈਸ ਚਾਂਸਲਰ ਸੇਖੋਂ ਬਹੁਤ ਖੁਸ਼ ਨਜ਼ਰ ਆ ਰਿਹਾ ਸੀ ਉਹਨੇ ਅੰਗੂਰੀ ਪਗੜੀ ਬੰਨੀ ਹੋਈ ਸੀ ਤੇ ਦਾੜੀ ਨੂੰ ਖਿਜ਼ਾਬ ਲਾ ਕੇ ਚਮਕਾ ਰੱਖਿਆ ਸੀ ਮੈਨੂੰ ਪਤਾ ਲੱਗਾ ਉਹਨੂੰ ਖਾਲਸਾ ਕਾਲਜ ਕਾਲਜ ਦੀ ਪ੍ਰਿੰਸੀਪਲੀ ਤੋਂ ਹਟਾ ਦਿੱਤਾ ਗਿਆ ਸੀ ਮੈਂ ਪਰੇਸ਼ਾਨ ਸਾਂ ਕਿ ਹੁਣ ਉਹਦਾ ਗੁਜ਼ਾਰਾ ਕਿਵੇਂ ਹੋਏਗਾ ਧੀਆਂ ਦੀ ਪੜ੍ਹਾਈ ਤੇ ਵਿਆਹਾਂ ਦੇ ਖਰਚ ਸਿਰ ਉਤੇ 60-65 ਸਾਲ ਦੀ ਉਮਰ ਵਿੱਚ ਪਹੁੰਚ ਕੇ ਉਹਦੀ ਪੱਧਰ ਦੇ ਸਹਾਇਕਾਂ ਨੂੰ ਅਭਿਨੰਦਨ ਗ੍ਰੰਥ ਮਿਲਦੇ ਐ ਸਿੱਖੋਂ ਨੂੰ ਬੇਕਾਰੀ ਮੈਂ ਪੁੱਛਿਆ ਹੁਣ ਕੀ ਕਰ ਰਿਹਾ ਬੋਲੇ ਹਰ ਪਾਸੇ ਹਾਰ ਹੀ ਹਾਰ ਐ ਕੰਨ ਨੂੰ ਅਫਸੋਸ ਨਹੀਂ ਹੁੰਦਾ ਇਸ ਗੱਲ ਦਾ ਇੰਨੀ ਫੁਰਸਤ ਕਿੱਥੇ ਮੈਂ ਹਰ ਪਾਸੇ ਲੜਾਈ ਹਾਰ ਰਿਹਾ ਹਾਂ ਪਰ ਜੰਗ ਨਹੀਂ ਹਾਰਨੀ ਮੋਨ ਸਿੰਘ ਨੂੰ ਮਿਲਿਆ ਉਹ ਬੁੱਢਾ ਹੋ ਗਿਆ ਸ਼ਾਇਰ ਵੀ ਤੀਵੀਆਂ ਵਾਂਗ ਬੁੱਢੇ ਹੋ ਜਾਂਦੇ ਨੇ ਬੁੱਢਿਆਂ ਹੋ ਕੇ ਕਵਿਤਾ ਲਿਖਣੋਂ ਹਟ ਜਾਣਾ ਚਾਹੀਦਾ ਹੈ ਵਾਰਤਕ ਲਿਖਣੀ ਚਾਹੀਦੀ ਹੈ ਬੁੱਢੀ ਹੋਈ ਕੰਜਰੀ ਨੂੰ ਹੱਜ ਕਰਨ ਚਲੇ ਜਾਣਾ ਚਾਹੀਦਾ ਹੈ ਤੇ ਕਵੀ ਨੂੰ ਅਲਰਚਕ ਬਣ ਜਾਣਾ ਚਾਹੀਦਾ ਹੈ ਤੇ ਜੇ ਕਵੀ ਕੋਈ ਤੀਵੀ ਹੋਵੇ ਫੇਰ ਅਮਰਤਾ ਨੇ ਸਹਿਣਤ ਕੀਤੀ ਉਸ ਕਵਿਤਾ ਘਟ ਕਰ ਦਿੱਤੀ ਤੇ ਨਿੱਕੇ ਨਿੱਕੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ ਮੋਨ ਸਿੰਘ ਉਸੇ ਤਰ੍ਹਾਂ ਕਵਿਤਾ ਹੀ ਲਿਖਦਾ ਰਿਹਾ ਇਸੇ ਲਈ ਉਖੜ ਗਿਆ ਮੈਂ ਉਹਨੂੰ ਆਖਿਆ ਸੀ ਕਿ ਵਾਰਤਕ ਲਿਖ ਤੇਰੇ ਨਾਟਕਾਂ ਦਾ ਕੀ ਹਾਲ ਹੈ ਮੇਰੇ ਸਾਹਿਤਿਕ ਭਾਰ ਖੂ ਆਖਦੇ ਹਨ ਕਿ ਮੇਰੇ ਨਾਟਕ ਸਟੇਜ ਨਹੀਂ ਕੀਤੇ ਜਾ ਸਕਦੇ ਪਹਿਲਾਂ ਦੱਸੋ ਟੱਟੂ ਤੇ ਪਲਾਕੀ ਮਾਰ ਕੇ ਸਬਜ਼ੀ ਢੋਣ ਵਾਲੇ ਦੁਕਾਨਦਾਰ ਖੁਰਾਸਾਨੀ ਘੋੜੇ ਉੱਤੇ ਕਿਵੇਂ ਚੜ੍ਹ ਸਕਦੇ ਹੈ ਸਾਰੇ ਡਿੱਗ ਪੈਣਗੇ ਸਾਡੀ ਸਟੇਜ ਬਹੁਤ ਪਿੱਛੇ ਐ ਗਰੀਬ ਦੇਸ਼ ਦੀ ਗਰੀਬੀੜੀ ਬੋਲੀ ਵਿੱਚ ਲਿਖਣ ਦਾ ਬੀੜਾ ਚੁੱਕ ਕੇ ਮੈਂ ਉਮਰ ਪਰ ਦੀ ਗਰੀਬੀ ਖਰੀਦ ਲਈ ਇਹ ਉੱਪਰਲੇ ਅਫਸਰ ਡਰਦੇ ਹਨ ਕਿ ਪੰਜਾਬੀ ਬੋਲੀ ਕਿਤੇ ਅਮੀਰ ਨਾ ਬਣ ਜਾਏ ਰੱਬਾ ਰਿਜ਼ਕ ਨਾ ਦੇਈ ਮਾਂ ਬਾਲਣ ਚੁਗਣ ਕੱਲੂਗੀ ਹੁਣ ਕੀ ਇਰਾਦਾ ਹੈ ਮੈਂ ਪੰਜਾਬੀ ਚ ਲਿਖ ਲੈ ਕੇ ਦੇਸੀ ਵਿਸਕੀ ਪੀ ਪੀ ਅੱਕ ਗਿਆ ਜੀ ਚਾਹੁੰਦਾ ਸ਼ੈਂਪੇਨ ਹੋਵੇ ਵਾਈਨ ਅੰਗੂਰਾਂ ਦਾ ਨਸ਼ੀਲਾ ਰਸ ਇੱਥੇ ਕੀ ਪੀਏ ਬਿੱਤਰ ਯੂਰਪ ਜਾਵਾਂ ਤੇ ਉੱਥੇ 10 ਸਾਲ ਰਹਾ ਤੇ ਇਸ ਜਨਮ ਨੂੰ ਸਫਲਾ ਕਰਾਂ। ਈਸ਼ਵਰ ਚਿੱਤਰਕਾਰ ਵੀ ਐਸੇ ਭਾਲ ਚ ਗਿਆ ਸੀ। ਉਹ ਸਿਰ 'ਤੇ ਭੜ ਡਿੱਗਿਆ ਸੀ ਮੈਂ ਪੈਰਾਂ 'ਤੇ ਭੜ ਡਿੱਗਦਾ। ਕਿਸਮਤ ਨੇ ਮੈਨੂੰ ਕਈ ਵਾਰ ਅਸਮਾਨੋਂ ਥੱਲੇ ਸੁੱਟਿਆ ਪਰ ਮੈਂ ਹਮੇਸ਼ਾ ਪੈਰਾਂ 'ਪਾਰ ਡਿੱਗਿਆ ਤੇ ਭਾਰੇ ਥੱਲੇ ਵਾਲੇ ਬਾਵੇ ਵਾਂਗ ਛਾਟੀ ਉੱਠ ਖੜਾ ਹੋਇਆ। ਯੂਰਪ ਮੈਂ ਕਿਸੇ ਕਦਰਦਾਨੀ ਲਈ ਨਹੀਂ ਜਾਣਾ। ਸਿਰਫ ਵਾਈਨ ਪੀਣ ਤੇ ਸਮੁੰਦਰ ਦੇ ਰੇਤਲੇ ਕੰਢਿਆਂ ਦੀ ਧੁੱਪ ਵਿੱਚ ਲੇਟਣਾ। ਸੇਖੋਂ ਚੰਡੀਗੜ੍ਹ ਆਉਂਦਾ ਹੈ ਤਾਂ ਅਸੀਂ ਅਕਸਰ ਰੋਟੀ ਖਾ ਕੇ ਤੇ ਕਾਫੀ ਪੀ ਕੇ ਖੁੱਲੀਆਂ ਗੱਲਾਂ ਕਰਦੇ ਆਂ ਗਰਮੀਆਂ 'ਚ ਜਦੋਂ ਮੇਰੀ ਬੀਬੀ ਸ਼ਿਮਲੇ ਹੁੰਦੀ ਹੈ ਤਾਂ ਮੇਰਾ ਘਰ ਛੜਿਆਂ ਦਾ ਡੇਰਾ ਬਣ ਜਾਂਦਾ ਹੈ ਸੇਖੋਂ ਮੇਰੇ ਕੋਲ ਰਹਿੰਦਾ ਏਕ ਵਾਰ ਅਸੀਂ 에어 ਕੰਡੀਸ਼ਨਡ ਬੈਡਰੂਮ 'ਚ ਨੇੜੇ-ਨੇੜੇ ਦੋ ਨਿੱਕੇ ਪਲੰਗਾ 'ਤੇ ਸੌਣ ਲੱਗੇ ਉਹਦੇ ਤੇੜ ਸਿਰਫ ਕਚਹਿਰਾ ਸੀ ਤੇ ਦਾੜ੍ਹੀ ਖੁੱਲੀ ਸੀ ਫਿੱਕੇ ਚਾਨਣੇ 'ਚ ਲੰਮੀ ਦਾੜ੍ਹੀ ਉਹਦੀ ਧੁੰਨੇ ਤੱਕ ਫੈਲੀ ਹੋਈ ਸੀ ਸੇਖ ਕੋ ਇਹਨੂੰ ਫਲੋਸ ਰਿਹਾ ਸੀ ਉਹ ਬੋਲਿਆ ਨੰਗਾ ਜਿਸਮ ਬਹੁਤ ਹੁਸਨ ਚੀਜ਼ ਹੈ ਪਰ ਇਹ ਤੋਂ ਬਦਸੂਰਤ ਸ਼ੈ ਵੀ ਕੋਈ ਨਹੀਂ ਕੱਪੜਿਆਂ ਦਾ ਤੇ ਮਨੁੱਖ ਦੀ ਸੋਚ ਦਾ ਬੜਾ ਤੱਲਕ ਹੈ ਜਿਹੜੇ ਲੋਕ ਪੋਜ ਪੋਜ ਕੇ ਪਗੜੀ ਬੰਨ੍ਹਦੇ ਆ ਹਰ ਵੇਲੇ ਕਟਵਾ ਪਜਾਮਾ ਪਾਈ ਰੱਖਦੇ ਆ ਉਹਨਾਂ ਦੇ ਖਿਆਲ ਵੀ ਕਟਵੇਂ ਪਜਾਮਿਆਂ ਵਰਗੇ ਹੁੰਦੇ ਆ ਸਮੁੰਦਰ ਦੇ ਰੇਤਲੇ ਕੰਢੇ ਉੱਤੇ ਲੇਟ ਕੇ ਆਦਮੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਤੇ ਅੱਜਕਨ ਪਾ ਕੇ ਹੋਰ ਤਰ੍ਹਾਂ ਦੀਆਂ ਮੈਂ ਪੁੱਛਿਆ ਸੇਖੋ ਤੂੰ ਕਿੰਨੀਆਂ ਤੀਵੀਆਂ ਨਾਲ ਸੁੱਤਾ ਹੈ ਬੋਲੇ ਬਹੁਤੀਆਂ ਨਾਲ ਨਹੀਂ ਹਿੰਮਤ ਨਹੀਂ ਹੋਈ ਮੈਂ ਬਹੁਤ ਕਾਇਰ ਹਾਂ ਸਾਹਿਤਿਕ ਤੇ ਰਾਜਸੀ ਤੌਰ ਉਤੇ ਜਿੰਨਾ ਦਲੇਰ ਪਿਆਰ ਸਬੰਧੀ ਉਨਾ ਹੀ ਬੁਜਦੇ ਮੈਂ ਝੂਠ ਨਹੀਂ ਬੋਲ ਸਕਦਾ ਇਸੇ ਗੱਲ ਕਰਕੇ ਮੈਂ ਉੱਚੀ ਪਦਵੀ ਤੇ ਨਹੀਂ ਪਹੁੰਚ ਸਕਿਆ ਮੈਨੂੰ ਇਹਦਾ ਉੱਕਾ ਅਫਸੋਸ ਨਹੀਂ ਪੰਜਾਬੀ ਵਿੱਚ ਮੈਨੂੰ ਸਿਰਫ ਮਿਹਨਤ ਦੇ ਪੈਸੇ ਮਿਲਿਆ ਇਨਾਮ ਨਹੀਂ ਮੈਨੂੰ ਰੁਪਏ ਦੀ ਬਹੁਤ ਲੋੜ ਹੈ ਪਰ ਕਿਸੇ ਦੀ ਨੌਕਰੀ ਕਰਨ ਨੂੰ ਤਬੀਅਤ ਨਹੀਂ ਮੰਨਦੀ ਤੇ ਮੈਂ ਜੇ ਕੋਈ ਸਾਹਿਤਿਕ ਕੰਮ ਕਰਨਾ ਹੈ ਤਾਂ ਵੀ ਠੇਕੇ ਉੱਤੇ ਜਿਸ ਵਿੱਚ ਕੰਮ ਕਰਨ ਵਾਲਾ ਤੇ ਕੰਮ ਕਰਾਉਣ ਵਾਲਾ ਬਰਾਬਰ ਦੇ ਸ਼ਰੀਕ ਹਨ ਮਾਲਕ ਤੇ ਨੌਕਰ ਨਹੀਂ ਕਈ ਆਖਦੇ ਹਨ ਕਿ ਉਸ ਉਸ ਸਾਹਿਤ ਦੀ ਖidmat ਕਰਦੇ ਹਨ ਬਿਲਕੁਲ ਝੂਠ ਸੰਤੋਖ ਸਿੰਘ ਧੀਰ ਨੂੰ ਮੈਂ ਆਖਿਆ ਜੇ ਤੈਨੂੰ ਸਾਹਿਤ ਰਚਣ ਲੱਗਿਆਂ ਗਿਲਾ ਹੈ ਤਾਂ ਤੈਨੂੰ ਕਿਹਨੇ ਆਖਿਆ ਵੀ ਸਾਹਿਤ ਰਚ ਕਿਸ ਉਤੇ ਆਸਾਨ ਕਰ ਰਹੇ ਹਾਂ ਤੂੰ ਬੈਠ ਕੇ ਝੱਗੇ ਕਿਉਂ ਨਹੀਂ ਸਿੰਦਾ ਸਾਹਿਦ ਦੀ ਕੋਈ ਖidmat ਨਹੀਂ ਕਰਦਾ ਸਾਹਿਦ ਉਹਦੀ ਖidmat ਕਰਦਾ ਜਦੋਂ ਮੈਂ ਚਾਹ ਦਾ ਪਿਆਲਾ ਪੀਣਾ ਤਾਂ ਮੈਂ ਪਿਆਲੇ ਦੀ ਖidmat ਨਹੀਂ ਕਰਦਾ ਪਿਆਲਾ ਮੇਰੀ ਖidmat ਕਰਦਾ ਹੈ ਸਾਹਿਦ ਦੀਆਂ ਗੱਲਾਂ ਤੋਂ ਹਟ ਕੇ ਅਸੀਂ ਮਰਦ ਤੇ ਧੀ ਦੇ ਰਿਸ਼ਤੇ ਦੀਆਂ ਗੱਲਾਂ ਕਰਨ ਲੱਗੇ ਸੇਖ ਨੂੰ ਆਪਣੇ ਕੋਝੇ ਹੋਣ ਦਾ ਅਹਿਸਾਸ ਸੀ ਇਹ ਅਹਿਸਾਸ ਉਸਨੂੰ ساری ਉਮਰ ਰਿਹਾ ਤੇ ਉਹਨੇ ਉਹਦੀਆਂ ਸੂਖਮ ਰੁਚੀਆਂ ਵਿੱਚ ਸ਼ਕਤੀ ਭਰੀ ਉਹ ਬੋਲਿਆ ਮੈਨੂੰ ਮਦ ਸ਼੍ਰੇਣੀ ਦੀ ਧੀ ਨੇ ਕਦੇ ਚੰਗਾ ਨਹੀਂ ਸਮਝਿਆ ਕਦੇ ਪਿਆਰ ਨਹੀਂ ਕੀਤਾ ਮੈਨੂੰ ਜਾਂ ਕਿਸੇ ਜੱਟੀ ਨੇ ਪਿਆਰ ਕੀਤਾ ਜਾਂ ਮੇਮ ਨੇ ਮੇਰੇ ਨੇੜੇ ਪਿਆ ਸੇਖੋਂ ਇਹ ਗੱਲ ਆ ਕੇ ਅੱਧ ਹਨੇਰੇ 'ਚ ਉੱਚੀ-ਉੱਚੀ ਹੱਸਣ ਲੱਗਾ ਮੈਂ ਵੀ ਹੱਸਿਆ ਸੇਖੋਂ ਮੈਨੂੰ ਆਪਣੇ ਪਹਿਲੇ ਦਿਨਾਂ ਦਾ ਇੱਕ ਹੋਰ ਕਿੱਸਾ ਸੁਣਾਉਣ ਲੱਗਾ ਉਦੋਂ ਉਹਦੀ ਉਮਰ 37 ਸਾਲ ਦੀ ਸੀ ਉਹ ਸਾਹਿਤ ਛੱਡ ਕੇ بلوچستان ਵਿੱਚ ਠੇਕੇਦਾਰੀ ਕਰਦਾ ਸੀ ਜੰਗਲੀ ਫਿਜ਼ਾ ਇੱਥੇ ਉਹਦਾ ਇਸ਼ਕ ਹੋਇਆ ਅੱਧ ਕੱਜੇ ਹਨੇਰੇ 'ਚ ਉਹ ਆਪਣੇ ਅਣਕੱਜੇ ਖਿਆਲ ਮੇਰੇ ਨਾਲ ਸਾਂਝੇ ਕਰ ਰਿਹਾ ਸੀ ਨਿਸ਼ੰਗ ਨੂੰ ਖੂਬਸੂਰਤੀ ਉਹਦੀ ਗੱਲਬਾਤ 'ਚ ਨਿਰੇ ਜਸਮਾਨੀ ਭੋਗ ਦਾ ਬਿਆਨ ਨਹੀਂ ਸੀ ਸਗੋਂ ਸੂਖਮ ਜਜ਼ਬਿਆਂ ਤੇ ਆਤਮਕ ਧੁਰਧੁਰੀਆਂ ਦੇ ਚਲਕਾਰੇ ਸਨ ਇੱਕ ਗੰਭੀਰ ਅਨੁਭਵ ਜੀਵਨ ਦੀਆਂ ਤੀਬਰ ਘੜੀਆਂ ਦਾ ਤਤ ਇਹ ਗੱਲਾਂ ਕਰਦੇ ਅਸੀਂ ਰਾਤ ਦੇ 2 ਵਜਾ ਦਿੱਤੇ ਤੇ ਫਿਰ ਪਤਾ ਨਹੀਂ ਕਿਸ ਵੇਲੇ ਸੌਂ ਗਏ ਸਵੇਰੇ ਸੇਖੋਂ ਉੱਠਿਆ ਤਾਂ 8 ਵੱਜ ਚੁੱਕੇ ਸੀ ਚਾਹ ਪੀਂਦੇ ਤਿਆਰ ਹੋਣ 'ਚ 9:00 ਵੱਜ ਗਏ ਉਹਨੇ ਪਟਿਆਲੇ ਕਿਸੇ ਜ਼ਰੂਰੀ ਕੰਮ ਜਾਣਾ ਸੀ ਸਵੇਰੇ 7 ਵਜੇ ਵਾਲੀ ਬੱਸ ਦਾ ਟਿਕਟ ਖਰੀਦਿਆ ਹੋਇਆ ਸੀ बस निकल गई। ਹੁਣ ਪਟਿਆਲੇ ਜਾਣ ਦਾ ਕੋਈ ਫਾਇਦਾ ਨਹੀਂ ਸੀ। ਉਹ ਸਾਰਾ ਦਿਨ ਮੇਰੇ ਨਾਲ ਰਿਹਾ ਤੇ ਸ਼ਾਮ ਨੂੰ ਵਾਪਸ ਲੁਧਿਆਣੇ ਚਲਾ ਗਿਆ। ਕੁਝ ਮਹੀਨੇ ਪਿਛੋਂ ਸੇਖੋਂ ਦੁਪਹਿਰੇ ਦੁਪਹਿਰੇ ਮੇਰੇ ਘਰ ਆਇਆ। ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਮੈਂ ਸੋਚਿਆ ਉਹਨੂੰ ਦੁਬਾਰਾ ਪ੍ਰਿੰਸੀਪਲ ਹੀ ਮਿਲ ਗਈ ਹੋਏਗੀ। ਉਹ ਮੁੱਛਾਂ ਤੇ ਹੱਥ ਫੇਰ ਕੇ ਬੋਲਿਆ ਮੈਂ ਕੁੜੀ ਦਾ ਸਾਥ ਕਰ ਆਇਆ। 1500 ਰੁਪਏ ਮੰਗਣੀ ਤੇ ਸ਼ਗਨ ਤੇ ਲੱਗ ਗਿਆ। ਇੰਨਾ ਰੁਪਿਆ ਹਲੇ ਤਾਂ 500 ਬਚਾ ਲਿਆ। ਪਹਿਲੀ ਕੁੜੀ ਦੇ ਸਾਹ ਕੋਤੇ 2000 ਲਾਇਆ ਸੀ ਤੂੰ ਕੁੜੀਆਂ ਦੇ ਵਿਆਹ ਤੇ ਬਹੁਤ ਖਰਚ ਕਰਦਾ ਇਸ ਕੁੜੀ ਦੇ ਵਿਆਹ ਲਈ ਅਗਸਤ ਤੱਕ 15000 ਰੁਪਇਆ ਕਮਾਉਣਾ ਹੈ ਕਮਾਉਣਾ ਨਹੀਂ ਬਚਾਉਣਾ ਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਛੱਡ ਪ੍ਰਿੰਸੀਪਲ ਹੀ ਛੱਡ ਕੇ ਤੂੰ ਅਮੀਰ ਹੋ ਗਿਆ ਜਾਪਦਾ ਹੈ ਭਾ ਅਗਸਤ ਤੱਕ ਤੂੰ ਇੰਨਾ ਰੁਪਇਆ ਕਿਵੇਂ ਕਮਾ ਲੇਂਗਾ ਕਿੱਥੋਂ ਆਏਗਾ ਰੁਪਇਆ ਹਾਲ ਦੀ ਘੜੀ ਤੱਕ ਗੁਰਨਾਨਕ ਦੇ ਘਰੋਂ ਆ ਰਿਹਾ ਹੈ ਤੂੰ ਆਸਤਕ ਤੋਂ ਨਾਸਤਕ ਤੋਂ ਆਸਤਕ ਕਦੋਂ ਦਾ ਬਣ ਗਿਆ ਗੁਰੂ ਨਾਨਕ ਦੀ ਬਾਣੀ ਅੰਗਰੇਜ਼ੀ 'ਚ ਤਰਜਮਾ ਕਰ ਰਿਹਾ ਇਸ ਲਈ ਬਾਣੀ ਨੂੰ ਸਮਝਣਾ ਤੇ ਗ੍ਰਹਿਣ ਕਰਨਾ ਪੈਂਦਾ ਹੈ ਨਾਨਕ ਦੀ ਰੂਹ ਨਾਲ ਮਿਲਣਾ ਪੈਂਦਾ ਹੈ ਉਹਦੀ ਬੋਲੀ 'ਚ ਸਪਰਿੰਗ ਜਿਹੀ ਤੱਕ ਸ਼ਕਤੀ ਹੈ ਇੱਕ ਸੰਖੇਪ ਮੰਤਰ ਬਸ ਇਸ ਤਰਜਮੇ ਤੋਂ 4000 ਰੁਪਏ ਆ ਜਾਏਗਾ ਨਾਨਕ ਦੀ ਕਿਰਪਾ ਨਾਲ ਅੱਜ ਮੈਂ ਖੁਸ਼ ਹਾਂ ਕੁੜੀ ਦੇ ਵਿਆਹ ਤੇ ਖਰਚਣ ਨੂੰ ਭਾਰ ਨਹੀਂ ਸਮਝਦਾ ਇਹ ਉਹਦਾ ਹੱਕ ਹੈ ਅੱਜ ਕੁੜਮਾਈ ਉੱਤੇ ਮੈਂ 7 ਥਾਲ ਮਠਿਆਈ ਤੇ ਮੇਵੇ ਦੇ ਦਿੱਤੇ ਮੁੰਡੇ ਨੂੰ ਸੋਨੇ ਦਾ ਕੜਾ ਕੁੜਮਾ ਨੂੰ ਸੋਨੇ ਦੀਆਂ ਛਾਪਾਂ ਤੇ ਮੁੰਡੇ ਦੀ ਝੋਲੀ 'ਚ 500 ਰੁਪਇਆ ਨਗਦ ਤੇ ਤੂੰ ਕਿੱਥੋਂ ਦਾ ਇਨਕਲਾਬੀ ਰਹਿ ਗਿਆ 1938 ਦੇ ਸੇਖੋਂ ਤੇ ਹੁਣ ਦੇ ਸੇਖੋਂ 'ਚ ਬੜਾ ਫਰਕ ਹੈ ਮੈਂ ਦਾਜ ਦੇਹ ਦੇ ਖਿਲਾਫ ਕਦੇ ਵੀ ਨਹੀਂ ਸੀ ਦੇਹ ਦੇ ਵਿਰੁੱਧ ਰੌਲਾ ਪਾਉਣ ਵਾਲੇ ਮੱਧ ਤੇ ਉੱਚੀਆਂ ਸ਼੍ਰੇਣੀਆਂ ਦੇ ਲੋਕ ਹੈ ਜੋ ਆਪਣੀ ਜਾਇਦਾਦ ਵਿੱਚੋਂ ਧੀ ਦਾ ਹੱਕ ਮਾਰਨਾ ਚਾਹੁੰਦੇ ਹੈ ਉਹ ਇਸਤਰੀ ਦਾ ਕੋਈ ਹੱਕ ਨਹੀਂ ਸਮਝਦੇ ਸਾਡੇ ਸਮਾਜ 'ਚ ਧੀ ਦੇ ਹੱਕ ਦੀ ਤੁਰੀ ਆਉਂਦੀ ਰੀਤ ਨੂੰ ਉਹਨਾਂ ਨੇ ਸੁਧਾਰਵਾਦ ਦਾ ਨਾਰਾ ਲਾ ਕੇ ਮਾਰਨਾ ਚਾਹਿਆ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਇਹ ਮਸਲਾ ਉੱਠਦਾ ਹੀ ਨਹੀਂ ਉਹਨਾਂ ਕੋਲ ਸੰਤਾਨ ਨੂੰ ਦੇਣ ਲਈ ਸਿਰਫ ਕਰਜ਼ੇ ਹੁੰਦੇ ਐ ਭਲਾ ਦੱਸੋ ਕਦੇ ਕਿਸੇ ਚਮਾਰ ਜਾਂ ਜੁਲਾਈ ਨੇ ਦੇਹ ਦੇ ਖਿਲਾਫ ਰੌਲਾ ਪਾਇਆ ਇਹ ਸਭ ਭੱਦਰਪੁਰਸ਼ਾਂ ਦੀਆਂ ਚਾਲਾਂ ਹਨ ਮੈਂ ਧੀ ਦਾ ਉਹਨਾਂ ਹੀ ਹੱਕ ਸਮਝਦਾ ਜਿੰਨਾ ਪੁੱਤ ਦਾ ਮੇਰੇ ਸਹੁਰੇ ਕੋਲ 5 ਲੱਖ ਦੀ ਜਾਇਦਾਦ ਸੀ ਇੱਕ ਪੁੱਤ ਤੇ ਇੱਕ ਧੀ ਉਹਨੇ ਆਪਣੀ ਧੀ ਨੂੰ ਦੁਵਾਨੀ ਨਾ ਦਿੱਤੇ ਮੇਰਾ ਬਾਪ 10000 ਰੁਪਏ ਕਰਜ਼ਾ ਛੱਡ ਗਿਆ ਮੇਰੀਆਂ ਭੈਣਾਂ ਨੂੰ ਇਸ ਚੋ ਕਾਡ ਨਹੀਂ ਦੇਣੀ ਪਈ ਤੂੰ ਵੀ ਕਰਜ਼ਾਈ ਛੱਡ ਕੇ ਜਾਏਂਗਾ ਨਹੀਂ ਮੈਂ ਸੋਚਦਾ ਕਿ ਸਭ ਕੁਝ ਛੱਡ ਕੇ ਪਿੰਡ ਚਲਾ ਜਾਵਾਂ ਉੱਥੇ ਜਾ ਕੇ ਅੰਗੂਰਾਂ ਦਾ ਬਾਗ ਲਾਵਾਂਗਾ ਮੇਰੇ ਕੋਲ ਥੋੜੀ ਜੀ ਜ਼ਮੀਨ ਹੈ ਦਾਣਾ ਪੱਕਾ ਘਰ ਦਾ ਅੰਗੂਰਾਂ ਚ ਬੜੀ ਕਮਾਈ ਹੈ ਮੈਂ ਕਦੇ ਕਦੇ ਘਰ ਦੀ ਕੱਢੀ ਵੀ ਪੀ ਲਿਆ ਕਰਾਂਗਾ ਘਰ ਦੀ ਕੱਢੀ ਤਾਂ ਮੈਂ ਪਿੰਦਾ ਹੀ ਨਹੀਂ ਹੁਣ ਪੇਣ ਦੀ ਉਮਰ ਗੁਜ਼ਰ ਗਈ ਵੈਸੇ ਵੀ ਮੈਂ ਘਾਟ ਹੀ ਪੀਨਾ ਮੈਨੂੰ ਮੇਰੇ ਉਹਨਾਂ ਮਿੱਤਰਾਂ ਨੇ ਬਦਨਾਮ ਕੀਤਾ ਜੋ ਖੁਦ ਪੀ ਕੇ ਗੁੱਟ ਹੋ ਜਾਂਦੇ ਆ ਜਿਨ੍ਹਾਂ ਖਾਲਸਾ ਕਾਲਜਾਂ ਵਿੱਚ ਮੈਂ ਨੌਕਰੀ ਕੀਤੀ ਉੱਥੋਂ ਦੀਆਂ ਕਮੇਟੀਆਂ ਦੇ ਮੈਂਬਰ ਡੀ ਕਲਾ ਕੇ ਪੀਂਦੇ ਪਰ ਹਮੇਸ਼ਾ ਅਖੰਡ ਰੱਛਦੇ ਸੀ ਅਖੰਡ ਪਾੜਦੀ ਥਾਂ ਅਖੰਡ ਅਖੰਡ ਖੰਡ ਮੈਨੂੰ ਬਚਪਨ ਚ ਹਮੇਸ਼ਾ ਅਖੰਡ ਨਾਲ ਖੰਡ ਕੇ ਉਹਦਾ ਖਿਆਲ ਆਉਂਦਾ ਹੁੰਦਾ ਹੈ ਸੇਖੂ ਕਹਿਣ ਲੱਗਾ ਤੇਰਾ ਖਿਆਲ ਠੀਕ ਹੀ ਸੀ ਜਿਨੇ ਲੋਕ ਅਖੰਡ ਕੀਰਤਨ ਅਖੰਡ ਕਰਦੇ ਆ ਸਭ ਕਿਉਂ ਖੰਡ ਖਾਂਦੇ ਐ ਮੈਂ ਕਦੇ ਕਿਸੇ ਗੱਲ ਦਾ ਲਕੂ ਨਹੀਂ ਰੱਖਿਆ ਕੁੜੀ ਦਾ ਵਿਆਹ ਕਰਕੇ ਮੈਂ ਅੰਗੂਰ ਉਗਾਵਾਂਗਾ ਅੰਗੂਰਾਂ ਦੀ ਵਾਈਨ ਸ਼ਾਇਦ ਕਦੇ ਚੋਰੀ ਛਿਪੇ ਬਣਾ ਕੇ ਪੀ ਲਵਾਂ ਮੈਨੂੰ ਸ਼ਰਾਬ ਨਾਲੋਂ ਵਾਈਨ ਜ਼ਿਆਦਾ ਪਸੰਦ ਹੈ ਵਾਈਨ 'ਚ ਨਫਾਸਤ ਹੈ ਜਿਵੇਂ ਕੱਚ ਦੀ ਝੂੜੀ ਵਾਈਨ ਨਾਲ ਨਸ਼ਾ ਨਹੀਂ ਚੜਦਾ ਜ਼ਰੂਰ ਹੁੰਦਾ ਪਰ ਨਹੀਂ ਅੰਗੂਰਾਂ ਦਾ ਬਾਗ ਲਾਉਣ ਤੋਂ ਪਹਿਲਾਂ ਮੈਂ ਪੰਜਾਬੀ ਦਾ ਇੱਕ ਵੱਡਾ ਅਖਬਾਰ ਕੱਢਾਂਗਾ ਪੰਜਾਬੀ ਨੂੰ ਇੱਕ ਚੰਗੇ ਅਖਬਾਰ ਦੀ ਲੋੜ ਹੈ ਬਿਲਕੁਲ ਅੰਗਰੇਜ਼ੀ ਅਖਬਾਰਾਂ ਦੇ ਮੁਕਾਬਲੇ ਮੈਂ 1 ਲੱਖ ਰੁਪਏ ਇਕੱਠਾ ਕਰ ਸਕਦਾ ਮੇਰੇ ਦੋਸਤ ਬਹੁਤ ਅਮੀਰ ਹਨ ਲੱਖ ਰੁਪਏ ਕੋਈ ਮੁਸ਼ਕਲ ਗੱਲ ਨਹੀਂ ਅੰਗੂਰਾਂ ਦਾ ਬਾਗ ਫੇਰ ਲਾਵਾਂਗਾ ਜੇ ਅੰਗੂਰ ਖੱਟੇ ਨਿਕਲੇ ਫੇਰ ਕੀ ਕਰਾਂਗਾ ਜਦ ਤੱਕ ਨਹੀਂ ਲੱਗਦੇ ਅੰਗੂਰ ਖੱਟੇ ਹੀ ਐ ਅਸੀਂ ਲੂੰਬੜੀ ਵਾਂਗ ਟਪੂਸੀਆਂ ਮਾਰ ਰਹੇ ਹਾਂ ਦਰਅਸਲ ਗੱਲ ਇਹ ਐ ਬਲਵੰਤ ਮੈਂ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕਿਆ ਇਹ ਸਹਾਰ ਤੋਂ ਇਸ ਲਈ ਇਸ ਹਾਰ ਤੋਂ ਇਸ ਲਈ ਮਹਿਸੂਸ ਕਰ ਰਿਹਾ ਕਿ ਤੂੰ ਕੋਈ ਚੀਜ਼ ਨਹੀਂ ਲਿਖ ਰਿਆ ਤੈਨੂੰ ਚਾਹੀਦਾ ਕੋਈ ਕਹਾਣੀ ਜਾਂ ਨਾਵਲ ਲਿਖੇ ਕਹਾਣੀ ਲਿਖਣ ਨੂੰ ਮੇਰਾ ਜੀ ਨਹੀਂ ਕਰਦਾ ਨਾਵਲ ਭਾਵੇਂ ਲਿਖ ਲਵਾਂ ਪਰ ਨਹੀਂ ਲਿਖਣ ਨੂੰ ਮੇਰਾ ਜੀ ਨਹੀਂ ਕਰਦਾ ਮੈਂ ਕਦੇ ਵੱਡਾ ਸਾਹਿਤਕਾਰ ਬਣਨਾ ਨਹੀਂ ਸੀ ਚਾਹੁੰਦਾ ਮੈਨੂੰ ਹਮੇਸ਼ਾ ਤਾਕਤ ਦੀ ਭੁੱਖ ਸੀ ਰਾਜ ਸੱਤਾ ਦੀ ਰਾਜ ਸੀ ਤਾਕਤ ਹੋਵੇ ਤਾਂ ਤੁਸੀਂ 10 ਸਾਹਿਤਕਾਰ ਨੌਕਰ ਰੱਖ ਸਕਦੇ ਹੋ ਜੋ ਤੁਹਾਡੇ ਗੁਣ ਗਾਉਣ ਪੰਜਾਬੀ ਜ਼ੁਬਾਨ ਦਾ ਪੁਵੇਖੇ ਇਸ ਲਈ ਮਾੜਾ ਇਹ ਗੁਲਾਮ ਜ਼ੁਬਾਨ ਹੈ ਸਿਰਫ ਆਜ਼ਾਦ ਦੇਸ਼ਾਂ ਦੀ ਜ਼ੁਬਾਨ ਹੀ ਵੱਡੀ ਹੋ ਸਕਦੀ ਹੈ ਸ਼ਾਹੀ ਬੁੱਲੀ ਤੂੰ ਕੀ ਸਮਝਦਾ ਪੰਜਾਬੀ ਗੁਲਾਮ ਬੋਲੀ ਏ ਕਹਨ ਲੱਗਾ ਇਸ ਵੇਲੇ ਗੁਲਾਮ ਬੋਲੀ ਏ ਮੈਂ ਆਪਣਾ ਪਹਿਲਾ ਨਾਟਕ ਅੰਗਰੇਜ਼ੀ ਚ ਲਿਖਿਆ ਸੀ ਤੇ ਕੁਝ ਕਵਿਤਾਵਾਂ ਹੁਣ ਪਿਛਲੇ ਸਾਲਾਂ ਚ ਮੈਂ ਵਾਰਿਸ ਸ਼ਾਹ ਦੀ ਹੀਰ ਤੇ ਗੁਰਬਾਣੀ ਅੰਗਰੇਜ਼ੀ ਚ ਉਲਤਾ ਰਿਆਂ ਮੇਰੇ ਚ ਅੰਗਰੇਜ਼ੀ ਦਾ ਪਿਆਰ ਜਾਗ ਪਿਆ ਮੈਂ ਅੰਗਰੇਜ਼ੀ ਚ ਲਿਖਣਾ ਚਾਹੁੰਦਾ ਮੈਂ ਕਦੇ ਵੀ ਅਨਾਂ ਦੇਸ਼ ਭਗਤ ਨਹੀਂ ਸੀ ਮੇਰੀ ਆਤਮਾ ਚ ਬਹੁਤ ਅੰਛ ਵਿਦੇਸ਼ੀ ਤੇ ਉਪਰੇ ਅਜੀਬ ਗੱਲ ਮੈਂ ਸਮਝਦਾ ਤੇਰੇ ਅੰਦਰ ਦਰਸਲ ਇੱਕ ਪਿੰਡੂ ਜੱਟ ਲੁਕਿਆ ਬੈਠਾ ਹੈ ਤੂੰ ਠੀਕ ਆਖਦਾ ਮੈਂ ਵੀ ਇਹੋ ਆਖਣ ਲੱਗਿਆ ਸੀ ਮੇਰੇ ਸਰਲ ਸੁਭਾਅ ਹੇਠਾਂ ਖੁੱਲਾ ਪੰਜਾਬੀ ਜੱਟ ਹੈ ਪੰਜਾਬੀ ਸੁਭਾਅ ਬਾਕੀ ਦੇ ਭਾਰਤ ਦੇ ਸੁਭਾਅ ਨਾਲੋਂ ਵੱਖਰਾ ਹੈ ਇਹ ਭਾਰਤ ਵਿਰੋਧੀ ਹੈ ਤੇਰਾ ਮਤਲਬ ਹੈ ਪੰਜਾਬੀ ਜੱਟ ਭਾਰਤੀ ਨਹੀਂ ਜੇ ਮੈਂ ਇਹ ਗੱਲ ਖੁੱਲਮ-ਖੁਲਾ ਅਖਾਂ ਤਾਂ ਬਹੁਤ ਸਾਰੇ ਸਿੱਖ ਵੀ ਮੇਰੇ ਖਿਲਾਫ ਹੋ ਜਾਣਗੇ ਇੱਕ ਕੌਮ ਦੀ ਅੰਦਰਲੀ ਮਾਨਸਿਕ ਅਵਸਥਾ ਦਾ ਰਹੱਸ ਹੈ ਪੰਜਾਬੀ ਸੁਭਾਚੋਪਰਾ ਬਣ ਹੈ ਇਸੇ ਲਈ ਉਹ ਸਾਰੀ ਦੁਨੀਆ ਚ ਫੈਲਿਆ ਹੋਇਆ ਹੈ ਅਮਰੀਕਾ ਜਾਪਾਨ ਕੈਨੇਡਾ ਇੰਗਲੈਂਡ ਅਫਰੀਕਾ ਮਲਾਇਆ ਸਿੰਗਾਪੁਰ ਹਰ ਮੁਲਕ ਚ ਜਾ ਕੇ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਉਹਦੀ ਪਟਕੀ ਹੋਈ ਆਤਮਾ ਪਾਣੀ ਵਾਂਗ ਹੈ ਜੋ ਜਿਸ ਭਾਂਡੇ ਚ ਪਾਓ ਉਸੇ ਦਾ ਰੂਪ ਧਾਰ ਲੈਂਦੀ ਹੈ ਮੈਂ ਖੁਦ ਇੱਕ ਪਟਕੀ ਹੋਈ ਰੂਹ ਹ ਉਚਪ ਹੋ ਗਿਆ ਇਸ ਵਿੱਚੋਂ ਅਸੀਂ ਕਈ ਮਹੀਨੇ ਨਾ ਮਿਲੇ ਧੰਨਵਾਦ